ਹਾਂਜੀ, ਸਟਾਰਟ 15 ਅਗਸਤ 1947 ਦਾ ਦਿਨ ਭਾਰਤੀ ਇਤਿਹਾਸ ਵਿੱਚ ਭਾਰਤੀ ਕੌਮ ਲਈ ਬਹੁਤ ਹੀ ਮਹੱਤਵਪੂਰਨ ਅਤੇ ਗੌਰਵਸ਼ਾਲੀ ਦਿਵਸ ਹੈ। ਡੰਡੀ ਇਸ ਦਿਨ ਸਾਨੂੰ ਵਰ੍ਹਿਆਂ ਦੇ ਲੰਮੇ ਅਤੇ ਅਤਿ ਕਠਿਨ ਸੰਘਰਸ਼ ਅਤੇ ਅਣਗਿਣਤ ਕੁਰਬਾਨੀਆਂ ਮਗਰੋਂ ਆਜ਼ਾਦੀ ਪ੍ਰਾਪਤ ਹੋਈ ਅਤੇ ਸਾਡੀਆਂ ਰੂਹਾਂ ਨੇ ਆਜ਼ਾਦੀ ਦਾ ਪਹਿਲਾ ਹੁਲਾਰਾ ਮਹਿਸੂਸ ਕੀਤਾ। ਡੰਡੀ ਦੇਸ਼ ਦੇ ਨੇਤਾਵਾਂ ਨੇ ਹਕੂਮਤ ਦੀ ਬਾਂਗਡੋਰ ਆਪਣੇ ਹੱਥਾਂ ਵਿੱਚ ਸੰਭਾਲਣ ਤੋਂ ਮਗਰੋਂ ਦੇਸ਼ ਨੂੰ ਪ੍ਰਗਤੀ ਅਤੇ ਵਿਕਾਸ ਦੇ ਰਾਹ ਉੱਤੇ ਤੋਰਿਆ। ਡੰਡੀ ਭਾਰਤੀ ਕੌਮ ਨੂੰ ਗਣਰਾਜ ਦਾ ਰੂਪ ਦਿੱਤਾ ਗਿਆ ਅਤੇ ਦੇਸ਼ ਦੇ ਸੰਵਿਧਾਨ ਅਨੁਸਾਰ 21 ਸਾਲ ਦੀ ਉਮਰ ਦੇ ਹਰ ਵਰਗ ਨੂੰ ਬਿਨਾਂ ਕਿਸੇ ਭਿੰਨ ਭੇਦ ਦੇ ਵੋਟ ਦਾ ਅਧਿਕਾਰ ਦਿੱਤਾ ਗਿਆ। ਡੰਡੀ ਬਾਅਦ ਵਿੱਚ ਵਧੇਰੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਦੇਣ ਦੀ ਭਾਵਨਾ ਨੂੰ ਮੁੱਖ ਰੱਖਦੇ ਹੋਏ ਉਮਰ ਦੀ ਸੀਮਾ ਘਟਾ ਕੇ 18 ਸਾਲ ਕਰ ਦਿੱਤੀ ਗਈ। ਡੰਡੀ ਅੱਜ ਸਾਡਾ ਦੇਸ਼ ਸੁਤੰਤਰਤਾ ਪ੍ਰਾਪਤੀ ਦੇ 50ਵੇਂ ਵਰ੍ਹੇ ਵਿੱਚ ਦਾਖਲ ਹੋ ਰਿਹਾ ਹੈ। ਡੰਡੀ ਇਸ ਸਮੇਂ ਦੌਰਾਨ ਸਾਡੇ ਦੇਸ਼ ਨੇ ਹਰ ਲਿਹਾਜ਼ ਨਾਲ ਬਹੁਤ ਤਰੱਕੀ ਕੀਤੀ ਹੈ। ਡੰਡੀ ਪਰ ਫਿਰ ਵੀ ਇਹ ਸੱਚ ਹੈ ਕਿ ਕਿਸੇ ਵੀ ਦੇਸ਼ ਦਾ ਵਿਕਾਸ ਕਦੇ ਵੀ ਇਕਸਾਰ ਨਹੀਂ ਹੋਇਆ ਕਰਦਾ। ਡੰਡੀ ਪਿਛਲੀ ਲਗਭਗ ਅੱਧੀ ਸਦੀ ਦੌਰਾਨ ਭਾਰਤੀ ਗਣਰਾਜ ਨੂੰ ਵੀ ਕਈ ਮੁਸ਼ਕਲਾਂ ਵਿੱਚੋਂ ਲੰਘਣਾ ਪਿਆ ਹੈ ਅਤੇ ਮੋੜ ਕੱਟਦਿਆਂ ਅਗਲੇ ਪੜਾਵਾਂ ਦਾ ਸਫ਼ਰ ਤੈਅ ਕਰਨਾ ਪਿਆ ਹੈ। ਡੰਡੀ ਪੈਰਾ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ 5 ਦਹਾਕਿਆਂ ਦੌਰਾਨ ਦੇਸ਼ ਨੇ ਸਮਾਜਿਕ ਅਤੇ ਆਰਥਿਕ ਖੇਤਰਾਂ ਵਿੱਚ ਬਹੁਤ ਵੱਡੀਆਂ ਅਤੇ ਸ਼ਾਨਦਾਰ ਸਫਲਤਾਵਾਂ ਪ੍ਰਾਪਤ ਕੀਤੀਆਂ ਹਨ। ਡੰਡੀ ਇਸ ਸੰਬੰਧ ਵਿੱਚ 5 ਸਾਲਾ ਯੋਜਨਾਵਾਂ ਦੀ ਆਰਥਿਕ ਵਿਉਂਤਬੰਦੀ ਅਨੁਸਾਰ ਵਿਕਾਸ ਦੇ ਟੀਚੇ ਮਿਥ ਕੇ ਉਹਨਾਂ ਦੀ ਪੂਰਤੀ ਲਈ ਹੰਭਲੇ ਮਾਰੇ ਗਏ ਹਨ। ਡੰਡੀ ਦੇਸ਼ ਦੀਆਂ ਦੂਰ ਦਰਾਡੀਆਂ ਥਾਵਾਂ ਤੱਕ ਸੜਕਾਂ, ਸਕੂਲ, ਬਿਜਲੀ, ਮੁੱਢਲੇ ਸਿਹਤ ਕੇਂਦਰ, ਪੀਣ ਦਾ ਪਾਣੀ ਅਤੇ ਸੰਚਾਰ ਸੇਵਾਵਾਂ ਆਦਿ ਮੁਹੱਈਆ ਕਰਨ ਵਿੱਚ ਕੀਤੀਆਂ ਗਈਆਂ ਪ੍ਰਾਪਤੀਆਂ ਬਹੁਤ ਹੀ ਮਾਣਯੋਗ ਹਨ। ਡੰਡੀ ਸਿਹਤ ਸਹੂਲਤਾਂ ਸਦਕਾ ਭਾਰਤੀ ਨਾਗਰਿਕਾਂ ਦੀ ਇਸ ਅਰਸੇ ਦੌਰਾਨ ਔਸਤ ਉਮਰ ਵਧੀ ਹੈ ਅਤੇ ਵਿੱਦਿਅਕ ਸਹੂਲਤਾਂ ਸਦਕਾ ਪੜ੍ਹੇ ਲਿਖੇ ਲੋਕਾਂ ਦੀ ਪ੍ਰਤੀਸ਼ਤਤਾ ਵਿੱਚ ਬਹੁਤ ਵਾਧਾ ਹੋਇਆ ਹੈ। ਡੰਡੀ ਇਹ ਗੱਲ ਵੀ ਮਹੱਤਵਪੂਰਨ ਹੈ ਕਿ ਇਹਨਾਂ ਵਰ੍ਹਿਆਂ ਦੌਰਾਨ ਦੇਸ਼ ਨੇ ਕਈ ਗੰਭੀਰ ਸੰਕਟਾਂ ਦਾ ਮੁਕਾਬਲਾ ਵੀ ਕੀਤਾ ਹੈ। ਡੰਡੀ ਇਹਨਾਂ ਸੰਕਟਾਂ ਵਿੱਚ ਚੀਨ ਨਾਲ ਜੰਗ ਤੋਂ ਇਲਾਵਾ ਪਾਕਿਸਤਾਨ ਨਾਲ ਲੜੀਆਂ 3 ਵੱਡੀਆਂ ਜੰਗਾਂ ਵੀ ਸ਼ਾਮਲ ਹਨ। ਡੰਡੀ ਦੇਸ਼ ਦੇ ਉੱਤਰੀ ਪੂਰਬੀ ਰਾਜਾਂ ਤੋਂ ਇਲਾਵਾ ਪੰਜਾਬ ਅਤੇ ਕਸ਼ਮੀਰ ਵਿੱਚ ਜ਼ਬਰਦਸਤ ਦਹਿਸ਼ਤਗਰਦ ਲਹਿਰਾਂ ਨਾਲ ਨਜਿੱਠਣਾ ਪਿਆ ਹੈ। ਡੰਡੀ ਕੁਦਰਤੀ ਆਫਤਾਂ ਜਿਵੇਂ ਹੜ੍ਹ, ਸੋਕਾ, ਤੂਫਾਨ ਅਤੇ ਭੂਚਾਲ ਆਦਿ ਨੇ ਵਾਰ ਵਾਰ ਵੱਡੇ ਪੈਮਾਨੇ 'ਤੇ ਜਾਨ ਮਾਲ ਦਾ ਨੁਕਸਾਨ ਕੀਤਾ ਹੈ। ਡੰਡੀ ਪਰ ਇਹ ਗੱਲ ਬੜੇ ਮਾਣ ਨਾਲ ਕਹੀ ਜਾ ਸਕਦੀ ਹੈ ਕਿ ਇਹਨਾਂ ਸੰਕਟਾਂ ਅਤੇ ਔਕੜਾਂ ਦੇ ਬਾਵਜੂਦ ਦੇਸ਼ ਦੀ ਪ੍ਰਗਤੀ ਦੀ ਰਫ਼ਤਾਰ ਕਾਫ਼ੀ ਹੱਦ ਤੱਕ ਤਸੱਲੀ ਬਖਸ਼ ਰਹੀ ਹੈ। ਡੰਡੀ ਦੁਨੀਆ ਦੀ ਦੂਜੀ ਵੱਡੀ ਜੰਗ ਤੋਂ ਬਾਅਦ ਆਜ਼ਾਦ ਹੋਏ ਏਸ਼ੀਆ ਅਤੇ ਅਫਰੀਕਾ ਦੇ ਕਈ ਦੇਸ਼ਾਂ ਦੇ ਮੁਕਾਬਲੇ ਤੇ ਭਾਰਤ ਦੀਆਂ ਸਮਾਜਿਕ ਅਤੇ ਆਰਥਿਕ ਖੇਤਰਾਂ ਵਿੱਚ ਸਫਲਤਾਵਾਂ ਅਤੇ ਪ੍ਰਾਪਤੀਆਂ ਜ਼ਿਆਦਾ ਮਾਣਯੋਗ ਆਖੀਆਂ ਜਾ ਸਕਦੀਆਂ ਹਨ। ਡੰਡੀ ਸਟਾਪ।